ਇਹ ਸਾਫ ਬੰਦਾ ਸਾਫ ਸੁਥਰਾ ਕੋਈ ਇਹ ਚ ਉਧੂਰੇ ਅਰੇਬੀਆਂ ਕਰਕੇ ਵਿਆਹ ਨੂੰ ਲਾਚੀਆ ਜਾਂ ਬੰਦੇ ਨੇ ਨਾ ਪੈਸਾ ਖਰਦਾ ਜਾਂ ਫੜੋੜ ਬਿਲਕੁਲ ਗਲਤ ਅਲੂਪਾਨੀ ਨੇ بڑے بڑے ਐਮਪੀ ਐਮਐਲ ਵੀ ਬੁਰੇ ਫਿਰਦੇ ਨੇ ਜਿਹੜੇ ਲੈਕਸਾਂਟ ਉੱਠੜੇ ਨੇ ਬਖਮਾਨ ਤੋਂ ਮਾਣ ਹੈ ਉਹ ਵੀ ਉੱਠੜ ਉਹ ਵੀ ਗਾਇਕ ਗਰਦਾਸ ਮਾਨ ਉਹ ਵੀ ਗਾਇਕ ਕੀ ਹੋ ਗਿਆ ਬੱਚਾ ਇਹ ਵੀ ਗਾਇਕ ਅੱਜ ਜਿਹੜੀ ਖੜਿਆ ਰਿਹਾ ਜਿਹੜਾ ਨਾਮ ਰੋਸ਼ਨ ਹੈਗਾ ਵਧੀਆ ਮਹਾਰਾਮ ਜੀ ਬਜੀ ਬਹੁਤ ਕਿਹੜੇ ਨਵੇਂ ਨੌਜਵਾਨ ਨੇ ਸਾਰੇ ਮੁੰਡੇ ਵੋਟਾਂ ਪਾਉਣਗੇ ਸਾਡੇ ਵਰਗੇ ਬਜ਼ੁਰਗ ਵੀ ਪਾਉਣਗੇ ਬੱਚਾ ਹੈਗਾ ਨਾ ਸਾਡਾ ਤਾਂ ਬਹੁਤ ਵਧੀਆ ਪਰਿਵਾਰ ਹੈ ਨੈਸ਼ ਬੰਦੇ ਕੋਈ ਸਹਿਬ ਬੰਦੇ ਅਣੀ ਇੱਜ਼ਤ ਮਾਨ ਕਰਦੇ ਐ ਬਣੀ ਤਾਂ ਵਧੀਆ ਸਤਕਾਰ ਕਰਦੇ ਆ ਬੰਦੇ ਵਧੀਆ ਆਪਕੋ ਬਾਹਰੋਂ ਉਕਨੇ ਅਮਰੀਕਾ ਤੋਂ ਉਹਨਾਂ ਲੋਕ ਦੇ ਤੇ ਦੇਖੋ ਉਹਨਾਂ ਨੂੰ ਪਹੁੰਚ ਦੇ ਨਿਕਲ ਗਿਆ ਭਾਈ ਸਿੱਧੂ ਮੂਸੇਵਾਲਾ ਦਾ ਕਿਹੜਾ ਮਕਾਨ ਹੈ ਭਾਈ ਸਿੱਧਾ ਮਕਾਨ ਹੈ ਤੁਸੀਂ ਬੱਜ ਜਾਓ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਦੇ ਮੈਂ ਬਰਮਦੀਪ ਪਰਾਣਾ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਫੇਰ ਬਦਲ ਆਇਆ ਹੈ। ਵਰਲਡ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਿਆ ਹੈ। ਮਾਨਸਾ ਸ਼ਹਿਰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਵੱਡੀ ਹਲਚਲ ਦੇਖਣ ਨੂੰ ਮਿਲੀ ਅੱਜ ਸਵੇਰੇ ਕਾਨਫਰੈਂਸ ਕਰਕੇ ਜਿਹੜਾ ਸ਼ਾਮਿਲ ਕੀਤਾ ਜਾਂਦਾ ਕਾਂਗਰਸ ਦੇ ਵਿੱਚ ਪਿੰਡ ਮੂਸਾ ਹੀ ਮੌਜੂਦ ਆ ਪਿੰਡ ਵਾਸੀਆਂ ਤੋਂ ਗੱਲ ਕਰ ਲੈਨੇ ਆ ਸੱਤ ਦੇ ਵਿੱਚ ਮੌਜੂਦ ਆ ਬਾਬਿਆਂ ਤੋਂ ਜਾਣਕਾਰੀ ਲੈ ਲੈਨੇ ਆ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਇੰਦਰਜੀਤ ਸਿੰਘ ਜੀ ਇੰਦਰਜੀਤ ਜੀ ਅੱਜ ਸਿੱਧੂ ਮੂਸੇਵਾਲਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਕਿਵੇਂ ਦੇਖਦੇ ਹੋ ਕਿ ਪਹਿਲਾਂ ਦੇ ਕੀ ਕੰਮ ਨੇ ਕਿੱਦਾਂ ਦਾ ਵਤੀਰਾ ਪਿੰਡ ਦੇ ਪਹਿਲਾਂ ਸਾਨੂੰ ਇਹ ਹੈ ਜੀ ਬਹੁਤ ਖੁਸ਼ੀ ਆ ਜੀ ਜਦੋਂ ਸਾਡੇ ਪਿੰਡ ਦਾ ਨਾਂ ਉੱਚਾ ਹੋਊਗਾ ਜੀ ਤੇ ਪਹਿਲਾਂ ਹੀ ਬਹੁਤ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਇਹਨਾਂ ਦੇ ਮਾਤਾ ਪਿਤਾ ਸਰਪੰਚ ਨੇ ਜੀ ਹੁਣ ਵੀ ਸਾਡਾ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਧੰਨਵਾਦ ਇਹਨਾਂ ਦਾ ਜਿਹੜੇ ਐਮਰਦੀ ਦੀ ਸੀਟ ਮਿਲਜੀ ਉਹਨਾਂ ਦੀ ਤੇ ਚੰਗਾ ਕੰਮ ਕਰਨਗੇ ਜੀ ਜੀ ਅੱਛਾ ਕੀ ਲੱਗਦਾ ਵੀ ਕਾਂਗਰਸ ਪਾਰਟੀ ਹੀ ਸਹੀ ਸੀ ਵੀ ਜਿਹੜੀ ਸਿਆਸਤ ਦੇ ਵਿੱਚ ਅੱਜ ਕਦਮ ਰੱਖਿਆ ਪਹਿਲਾਂ ਗਾਇਕੀ ਦੇ ਵਿੱਚ ਤਾਂ ਨਾਮ ਕਮਾ ਲਿਆ ਹੁਣ ਸਿਆਸਤ ਦਾ ਦੌਰ ਕੇਮੇ ਰਹੂਗਾ ਸਿਆਸਤ ਹੁਣ ਕੀ ਕਹਿ ਸਕਦੇ ਆ ਜੀ ਆਪਾਂ ਹੋਰ ਗੱਲਬਾਤ ਕਰਨ ਲੈਣੇ ਬਾਬਾ ਜੀ ਕੀ ਨਾਮ ਬਲਬੰਦ ਸਿੰਘ ਆ ਜੀ ਪਰਾਂ ਜੀ ਕੀ ਕਹੋਗੇ ਸਿਆਸਤ ਚ ਪੈਰ ਧਰ ਲਿਆ ਅੱਜ ਵਰਲਡ ਫੇਮਸ ਸਿੰਗਰ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡ ਦਾ ਨਾਂ ਸ਼ਹਿਰ ਦਾ ਨਾਂ ਤਾਂ ਰੌਸ਼ਨ ਕੀਤਾ ਹੈ ਸਿਆਸਤ ਚ ਪੈਰ ਧਰ ਲਿਆ ਨਹੀਂ ਬੇਟੇ ਕੋਈ ਸਿਆਸਤ ਵਾਲੀ ਕੋਈ ਗੱਲ ਨਹੀਂ ਬੇਟੀ ਕੋਲੇ ਵਧੀਆ ਸਾਫ਼ ਬੰਦਾ ਹੈ ਸਾਫ਼ ਸੁਥਰਾ ਹੈ ਕੋਈ ਇਹ ਚ ਕੁਦੂਰ ਐ ਨਹੀਂ ਬਿਆਹ ਕਰਕੇ ਬਿਆਹ ਨੂੰ ਲਾਲਚੀ ਐ ਜਾਂ ਬੰਦੇ ਨੇ ਨੇ ਪੈਸਾ ਖਰ ਰਿਹਾ ਜਾਂ ਫਟੋ ਰਿਹਾ ਬਿਲਕੁਲ ਗਲਤ ਅਲੱਲੋਕਾ ਨਹੀਂ ਆਹੇ ਕੋਈ ਇਹਦੇ ਚ ਐਸੀ ਕਮੀ ਪੇਸ਼ੀ ਨਹੀਂ ਗਈ ਸਾਡੇ ਪਿੰਡ ਦਾ ਵਧੀਆ ਵਿਕਾਸ ਕਰ ਰਿਹਾ ਸਾਰੇ ਪੰਚਾਇਤੀ ਘਰ ਦਾ ਇਟਾ ਲਾ ਗੇ ਇਟਾ ਲਾਤੀਆਂ ਸਾਡੇ ਪਿੰਡ ਨੂੰ ਵੈਜਾ ਵੈਜਾ ਕਰਾਤੀਏ ਬੰਦੇ ਨੇ ਅੱਜ ਕੁਝ ਲੋਕਾਂ ਦਾ ਇਹ ਕਹਿਣਾ ਹੁੰਦਾ ਵੀ ਸਿੰਗਰ ਨੇ ਜਿਹੜੇ ਪਹਿਲਾਂ ਹੀ ਲੋਕਾਂ ਨੂੰ ਨਹੀਂ ਮਿਲਦੇ ਹੁਣ ਜਿਹੜਾ ਰਾਜਨੀਤੀ ਜਾ ਕੇ ਜੇ ਐਮਐਲਏ ਬਣ ਜਾਂਦਾ ਤਾਂ ਫਿਰ ਕੀ ਲੋਕਾਂ ਦੀ ਸੁਣਵਾਈ ਹੋਊਗੀ ਇਹ ਕੋਈ ਜ਼ਰੂਰੀ ਨਹੀਂ ਬੇਟੇ ਬਿਆਹ ਕਰਕੇ ਵੀ ਸਿੰਗਰ ਬਣ ਗਿਆ ਜਾਂ ਮਤਲਬ ਵੀ ਉਹਨੂੰ ਉੱਬੇ ਉ ਬੂਟਾ ਜਾ ਰਹੇ ਹੈ ਕੋਈ ਮੈਨੇ ਨੀ ਰੱਖਦਾ ਬੜੇ ਬੜੇ ਐਮਪੀ ਐਮਐਲਏ ਪਰ ਤੁਰੇ ਫਿਰਦੇ ਨੇਗੇ ਜਿਹੜੇ ਲੈਕਚਰ ਉੱਠ ਖੜੇ ਨੇਗੇ ਭਗਵੰਤ ਮਾਨ ਹੈ ਉਹ ਵੀ ਉੱਠ ਖੜਾ ਉਹ ਵੀ ਗਾਇਕ ਹੈ ਗੁਰਦਾਸ ਮਾਨ ਉਹ ਵੀ ਗਾਇਕ ਹੈ ਕੀ ਹੋ ਗਿਆ ਬੱਚਾ ਇਹ ਵੀ ਗਾਇਕ ਹੈ ਅੱਜ ਦੀ ਖੇਡ ਆਰੀ ਚ ਜਿਹੜਾ ਨਾਮ ਰੋਸ਼ਨ ਹੈਗਾ ਕੀ ਲੱਗਦਾ ਵੀ ਸਿਆਸਤ ਨੂੰ ਸਮਝ ਪਾਉਣਗੇ ਸਿੱਧੂ ਮੂਸੇਵਾਲਾ ਗਾਇਕ ਜਿਹੜੇ ਗੀਤ ਹੈ ਗਾਇਕੀ ਲਾਈਨ ਹੈ ਉਹ ਤਾਂ ਡਿਫਰੈਂਟ ਹੈ ਪਰ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਕੀ ਲੱਗਦਾ ਵੀ ਉਹ ਜਿਹੜਾ ਦੌਰ ਸਹੀ ਚੱਲੂਗਾ ਬਹੁਤ ਵਧੀਆ ਚੱਲੂਗਾ ਪਹਿਲੇ ਹੀ ਆਲ ਵਾਰਡ ਤੇ 900 ਸੋਚਨ ਕਰਿਆ ਬੱਚੇ ਨੇ ਤੇ ਆਉਣ ਵਾਲਾ ਟਾਈਮ ਵੀ ਬਹੁਤ ਵਧੀਆ ਰਹੂਗਾ ਅੱਛਾ ਕੀ ਲੱਗਦਾ ਵੀ ਜਿਵੇਂ ਗਾਇਕੀ ਦੇ ਵਿੱਚ ਲੋਕ ਕਹਿੰਦੇ ਨੇ ਵੀ ਗਾਇਕੀ ਦੇ ਵਿੱਚ ਗਾਣੇ ਆਏ ਹਨਾ ਕੁਝ ਲੋਕਾਂ ਵੱਲੋਂ ਆਵਾਜ਼ ਉਠਾਈ ਗਈ ਵੀ ਇਦਾਂ ਦੇ ਇਦਾਂ ਦੇ ਗਾਣੇ ਆਏ ਪਰ ਰਾਜਨੀਤੀ ਕਰਨੀ ਇੱਕ ਸਿੰਗਰ ਲਈ ਮਤਲਬ ਲੱਗਦਾ ਵੀ ਅੱਜ ਹੀ ਪੂਰਾ ਉਹ ਦੌਰ ਵਧੀਆ ਤਰੀਕੇ ਨਾਲ ਚੱਲੂਗਾ ਤੇ ਜਿਹੜੇ ਮਾਨਸਾ ਸ਼ਹਿਰ ਨਹੀਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਪਸੰਦ ਕਰਨ ਵਾਲੇ ਲੋਕ ਨੇ ਕਾਂਗਰਸ ਦੇ ਨਾਲ ਜੁੜਨ ਵਾਲੇ ਲੋਕ ਨੇ ਕਿਵੇਂ ਦੇਖਣਗੇ ਇਸ ਚਿਹਰੇ ਨੂੰ ਇਹ ਠੀਕ ਹੈ ਵੈਸੇ اپੋਜੀਸ਼ਨ ਤਾਂ ਕਹਿੰਦੀ ਹੁੰਦੀ ਹੈ ਇਹਨਾਂ ਨੇ ਆਪ ਦੇ ਹਿਸਾਬ ਨਾਲ ਕੰਮ ਕਰਨਾ ਵੈਸੇ ਵਧੀਆ ਪਾਰਟੀ ਹੈ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਅੱਛਾ ਬਾਬਾ ਜੀ ਤੁਹਾਡੇ ਤੋਂ ਸਵਾਲ ਵੀ ਜੇ ਸਿੱਧੂ ਮੂਸੇਵਾਲਾ ਮਾਨਸਾ ਤੋਂ ਚੋਣ ਲੜਦਾ ਕਿੰਨਾ ਕੁ ਪਰਮਹੰਗਾਰਾ ਮਿਲੂ ਵਧੀਆ ਘੰਗਾਰਾ ਮਿਲੂਗਾ ਜੀ ਇਹਨੂੰ ਬਹੁਤ ਕਿਹੜੇ ਨਵੇਂ ਨੌਜਵਾਨ ਨੇ ਸਾਰੇ ਮੁੰਡੇ ਵੋਟਾਂ ਪਾਉਣਗੇ ਸਾਡੇ ਵਰਗੇ ਬਜ਼ੁਰਗ ਵੀ ਪਾਉਣਗੇ ਬੱਚਾ ਹੈ ਕਨਾ ਸਾਡਾ ਦਾ ਤੇ ਵੋਟਾਂ ਅਸੀਂ ਵੀ ਪਾਵਾਂਗੇ ਉਹਨੂੰ ਅਜਾ ਗਾਇਕੀ ਵਿੱਚ ਆਉਣ ਤੋਂ ਪਹਿਲਾਂ ਪਿੰਡ ਦੇ ਵਿੱਚ ਕਿਦਾਂ ਦਾ ਸੁਭਾਅ ਸੀ ਹੁਣ ਕਿਦਾਂ ਦਾ ਮਤਲਬ ਪਿੰਡ ਦੇ ਵਿੱਚ ਜਿਹੜਾ ਬਿਹੇਵੀਅਰ ਹੁੰਦਾ ਇਹ ਬੇਟੇ ਬਹੁਤ ਵਧੀਆ ਨਰਮ ਸੁਭਾਅ ਦਾ ਬੱਚਾ ਇਹ ਪਹਿਲਾਂ ਤੋਂ ਸਾਰੀ ਪਰਿਵਾਰ ਹੀ ਹੈ ਇਹਨਾਂ ਦਾ ਨਾ ਇਹਨਾਂ ਪਰਵਾਜ਼ ਬੋ ਹੈ ਨਾ ਇਹਨਾਂ ਨੂੰ ਗੁਮੀ ਵਸੇ ਸੰਗਰ ਬਣ ਗਏ ਜਾਂ ਬਾਹਰੋਂ ਪੈਸਾ ਆਉਂਦਾ ਬਿਲਕੁਲ ਗਲਤ ਗੱਲਾਂ ਨੇ ਬਹੁਤ ਵਧੀਆ ਪਰਿਵਾਰ ਹੈ ਨੈਸ਼ ਬੰਦੇ ਪਛੇ ਬੰਦੇ ਹੈ ਜੀ ਬੰਦੀ ਦੀ ਇੱਜ਼ਤ ਮਾਨ ਕਰਦੇ ਹੈ ਮੈਂ ਤਾਂ ਵਧੀਆ ਸਤਿਕਾਰ ਕਰਦੇ ਆ ਬੰਦੇ ਵਧੀਆ ਕੋ ਬਾਹਰ ਉਹ ਕੈਨੇਡਾ ਅਮਰੀਕਾ ਤੋਂ ਉਹ ਲੋਕ ਇੱਥੇ ਦੇਖਾ ਹੁਣ ਸਾਨੂੰ ਪੁੱਛਦੇ ਨੇ ਗਲੀਆਂ 'ਚ ਬਾਈ ਸਿੱਧੂ ਮੂਸੇਵਾਲਾ ਦਾ ਕਿਹੜਾ ਮਕਾਨ ਹੈ ਬਾਈ ਜੀ ਸਿੱਧਾ ਮਕਾਨ ਹੈ ਟੂਬੇ ਤੇ ਜਾਓ ਬਾਈ ਜੀ ਘਰੇ ਹੋਣਗੇ ਨਹੀਂ ਕੋਠੀ 'ਚ ਹੋਊਗਾ ਕੋਈ ਐਸੀ ਗੱਲ ਨਹੀਂ ਵੀ ਮਿਲਦਾ ਨਹੀਂ ਕਿਸੇ ਨੂੰ ਫੋਟੋ ਆਖ ਚਾਹੁੰਦੇ ਨੇ ਬਣ ਜਾਈ ਬਾਹਰੋਂ ਆਉਂਦੇ ਨੇ ਬੱਚੇ ਸ਼ੌਂਕ ਨਾ ਖਰੋਂਦੇ ਕੋਈ ਐ ਬੋ ਵਾਲੀ ਗੱਲ ਹੀ ਨਹੀਂ ਜੀ ਕਿਤੇ ਇਹ ਤਾਂ ਨਹੀਂ ਵੀ ਰਾਜਨੀਤੀ ਚ ਆਉਣ ਤੋਂ ਬਾਅਦ ਵੀ ਉਹ ਬਦਲਾਵ ਦੇਖਣ ਨੂੰ ਮਿਲੂਗਾ ਸਿੱਧੂ ਮੂਸੇਵਾਲਾ ਦੇ ਵਿੱਚ ਜਿਵੇਂ ਪਿੰਡ ਦੇ ਵਿੱਚ ਹੁਣ ਸਹੀ ਵਤੀਰਾ ਹੈ ਤੇ ਰਾਜਨੀਤੀ ਦੇ ਵਿੱਚ ਇੱਕ ਲੀਡਰ ਵਾਲੀ ਫੀਲਿੰਗ ਆ ਜਾਂਦੀ ਹੈ ਤੇ ਉਹ ਜਿਹੜਾ ਫਰਕ ਪਊ ਨਹੀਂ ਇਹ ਤਾਂ ਕੰਮ ਨਹੀਂ ਜੀ ਐਵੇਂ ਜੁ ਕੀ ਚੱਲੂ ਜੀ ਵਧੀਆ ਸੁਭਾਅ ਹੈ ਦਾ ਜੀ ਹਰੇਕ ਨੂੰ ਮਿਲਦਾ ਜੀ ਕੋਈ ਐਨ ਵੀ ਮੈਂ ਮੈਂਲੇ ਬਣ ਜਾ ਜਾਂ ਕੋਈ ਆਪਣਾ ਗਾਇਕ ਹੈ ਨਹੀਂ ਹੁਣ ਵੀ ਹਰੇਕ ਨੂੰ ਮਿਲਦਾ ਭੱਜ ਕੇ ਕੋਈ ਉਹ ਨਹੀਂ ਗਾ ਜੀ ਇਹਨਾਂ ਕੁੱਲ ਮਿਲਾ ਕੇ ਜਿਹੜਾ ਰਾਜਨੀਤੀ ਦੇ ਵਿੱਚ ਵੀ ਉਦਾਂ ਹੀ ਰਹੂਗਾ ਸਿੱਧੂ ਮੂਸੇਵਾਲਾ ਜਿਵੇਂ ਸਿੰਗਿੰਗ ਲਾਈਨ ਦੇ ਬਿਲਕੁਲ 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 ਇਹ ਕੋ ਦੋਹਰੇ ਰਹੂਗਾ ਬੱਚੇ ਨੇ ਪਿੰਡ 'ਚ ਕੰਮ ਕਰਿਆ ਕਰੂਗਾ ਵੀ ਪਰ ਇਹ ਕਹਿਣਾ ਚਾਹੁੰਦਾ ਸੀ ਅੱবি ਮੈਂ ਇਲੈਕਸ਼ਨਾਂ ਨਹੀਂ ਕਰਨੀਆਂ ਆਪਾਂ ਜਿਤਨਾ ਨਹੀਂ ਆਪਾਂ ਲੜਨਾ ਨਹੀਂ ਸਰਪੰਚੀ ਚੋਰੀ ਨਹੀਂ ਲੜਨੀ ਆਪਾਂ ਹੈ ਕੋਈ ਮਤਲਬ ਇਹੋ ਜੀ ਗੱਲ ਨਹੀਂ ਕਿ ਲੜੂਗਾ ਇਹਦੇ ਪਚਾਰ ਆ ਅਸੀਂ ਪਿੰਡ ਖੜਾ ਇਹਦੇ ਨਾਲ ਸਵਾਤ ਤੇ ਆਵਾਂਗੇ ਤਾਂ ਲੋੜ ਕੀ ਪੈਗੀ ਰਾਜਨੀਤੀ ਚਾਉਣ ਦੀ ਕਿਉਂਕਿ ਨੇਮ ਏਡਾ ਫੇਮ ਏਡਾ ਹੈ ਪੈਸਾ ਬਹੁਤ ਹੈ ਲੋੜ ਕੀ ਪੈਗੀ ਰਾਜਨੀਤੀ ਚਾਉਣ ਦੀ ਇਨੂੰ ਕੋ ਸ਼ੌਂਕ ਨਹੀਂ ਵੀ ਸ਼ੌਂਕ ਨਹੀਂ ਇਹਨੂੰ ਬਿਆਨ ਕਰਕੇ ਵੀ ਮੈਨੂੰ ਪੈਸਾ ਕਮਾਉਣਾ ਹੈ ਵੀ ਰਾਜਨੀਤੀ ਚਾਹਵਾ ਮਹਾਰਾਜ ਅਮਰੀਕਾ ਕੈਨੇਡਾ ਕਰੋ ਰੁਪਈਆ ਦਾ ਵਾਧੂ ਆਈ ਇਹਨਾਂ ਦੇ ਕੋਲ ਰੁਪਈਆ ਦੀ ਕੋਈ ਹੈ ਕਮਾਉਣ ਬਾਤ ਕੀ ਕਰਾਂ ਕੀ ਕਰਾਂ ਜੀ ਕਿਵੇਂ ਇਹਨੂੰ ਗਾਇਕੀ ਦਾ ਸ਼ੌਂਕ ਸੀਗਾ ਐਵੇਂ ਜੀ ਕਰੇ ਇਹਨੂੰ ਇਹ ਵੀ ਸ਼ੌਂਕ ਹੈ ਇੱਕ ਕੋਈ ਇਹਨੂੰ ਕੋਈ ਭੁੱਖਾ ਨਹੀਂ ਇਹ ਰਾਜਨੀਤੀ ਦੇ ਵਿੱਚ ਆਉਣ ਨੂੰ ਵੀ ਮੈਂ ਐਮਐਲਏ ਬਣ ਜਾਣਾ ਚਾਹਾਂ ਐਮਪੀ ਬਣ ਜਾ ਇਹ ਤਾਂ ਇੱਕ ਸ਼ੌਂਕ ਹੈ ਲੋਕਾਂ ਦਾ ਉਹ ਹੈ ਇਹਨੂੰ ਸਹਾਰਾ ਹੈਗਾ ਜੋ ਜਿਵੇਂ ਇੱਕ ਨਾ ਇਹ ਕਿਹਾ ਜਾਂਦਾ ਵੀ ਜਿਹੜੇ ਸਿੰਗਰ ਹੁੰਦੇ ਆ ਸੈਲਿਬ੍ਰਿਟੀ ਹੁੰਦੇ ਆ ਚੋਣਾਂ 'ਚ ਜਿੱਤੇ ਜਾਂਦੇ ਸੰਨੀ ਦੇ올 ਦੀ ਐਗਜ਼ੈਂਪਲ ਦਿੰਦੇ ਆ ਵੀ ਜਿੱਤ ਗਿਆ ਤੇ ਮੁੜ ਕੇ ਆਇਆ ਨਹੀਂ ਪਿੰਡ ਲੋਕਾਂ ਦੀ ਸਾਰ ਨਹੀਂ ਲਈ ਸਿੱਧੂ ਮੂਸੇਵਾਲਾ ਜੇ ਜਿੱਤਦਾ ਚੋਣ ਲੜਦਾ ਤਾਂ ਫਿਰ ਕਿਦਾਂ ਮਤਲਬ ਦੇਖਣ ਹੁਣ ਸਾਡੇ ਪਿੰਡ ਦੇ ਵਿੱਚ ਇਹ ਸਰਪੰਚ ਨੇ ਮੌਕੇ ਦੇ ਮਜੂਦਾ ਸਾਡੇ ਸਾਰੇ ਕੰਮ ਕਰਦੇ ਜਾਣਾ ਹੁੰਦਾ ਇਹਨਾਂ ਨੂੰ ਹੁਣ ਅਮਰੀਕਾ ਕਲੀਨਟਾ ਵਗ ਜਾਂਦੇ ਇਹ ਹੁਣ ਉਰੇ ਹੀ ਨੇ ਸਾਡੇ ਕੋਲੇ ਨੇ ਸਾਡੇ ਕੰਮ ਕਰੀ ਜਾਂਦੇ ਨੇ ਸਾਡੇ ਸੱਥਾਂ ਦੇ ਵਿੱਚ ਲੋਕਟ ਲੱਗਿਆ ਥੋੜੇ ਸਾਹਮਣੇ ਸਾਡੇ ਆਹ ਸ਼ੈੱਡ ਪਾਤੇ ਹੋਰ ਲੇਵਲੇ ਵੀ ਬਣੀਆਂ ਜਾਂਦੀਆਂ ਨੇਗੀਆਂ ਹੋਰ ਕਿੜੀਆਂ ਫਿਰਨੀਆਂ ਤੇ ਸਾਡੇ ਨਾਲੇ ਨੇ ਉਹ ਪੱਕੇ ਹੋਈ ਜਾਂਦੇ ਨੇਗੇ ਸਾਡੇ ਜਾਣੀ ਕਿ ਸਾਰੇ ਕੰਮ ਕਰੀ ਜਾਂਦੇ ਨੇ ਹੋਰ ਪਿੰਡ ਦੇ ਕੋਈ ਗਰੀਬ ਗੁਰਬੇ ਦੇ ਸਾਰੇ ਉਹ ਕੰਮ ਕਰੀ ਜਾਂਦੇ ਨੇਗੇ ਇਸ ਦਾ ਪੈਸਾ ਟਕਾ ਆਉਂਦਾ ਕਿਸੇ ਦੇ ਘਰਾਂ ਤੇ ਪੈਸੇ ਆਉਂਦੇ ਆਉਂਦੇ ਆ ਸਾਡੇ ਕਿਦਾ ਕੋਈ ਮਾਰਦਾ ਪੈਸਾ ਉਹਦੇ ਵਿੱਚ ਵੀ ਕੋਈ ਇਹਨਾਂ ਨੇ ਕੋਈ ਕਦੇ ਡਿੱਕਾ ਨਹੀਂ ਡਾਇਆ ਬੇ ਸੀ ਪਿੰਡ ਦੇ ਮੌਜੂਦਾ ਜਾਂ ਸਰਪੰਚਾਂ ਸਾਡੀ ਮੌਜੂਦਾ ਸਾਡੀ ਪੰਚਾਇਤ ਹੈ ਨਾ ਇਹਨਾਂ ਨੇ ਕੋਈ ਦਾਖਲੇ ਨਹੀਂ ਲੈਂਦਾ ਇਹ ਕੰਮ ਸ਼ੌਂਕ ਤਾਂ ਹੋਰ ਪਾਰਟੀਆਂ 'ਚ ਵੀ ਪੂਰੇ ਹੋ ਸਕਦੇ ਫਿਰ ਕਾਂਗਰਸ ਹੀ ਘਾਤੋਂ ਚੋਣੀ ਇਹਦਾ ਹੀ ਅਡੋਡੀ ਬੰਦੇ ਦੀ ਸੋਚ ਹੁੰਦੀ ਹੈ ਕੋਈ ਤੇ ਕੋਈ ਨੇੜੇ ਕਾਂਗਰਸੀ ਨੇੜੇ ਆਗੂ ਹੋਊਗਾ ਡੈਡੀ ਵੀ ਪਹਿਲੇ ਦਿਨੋਂ ਹੀ ਸਟਾਇਆ ਉਹਨਾਂ ਦਾ ਵੀ ਸਟੈਂਡ ਹੈ ਜੀ ਇੱਕ ਪਾਰਟੀ ਨੇ ਖੜੇ ਨੇ ਇੱਕ ਪਾਰਟੀ ਚ ਇਹਦਾ ਮੰਮੀ ਡੈਡੀ ਸਾਰੇ ਇੱਕ ਕਾਂਗਰਸ ਪਾਰਟੀ ਨੂੰ ਬਲੋਂਗ ਕਰਦੇ ਨੇ ਇਸੇ ਕਰਕੇ ਪਾਰਟੀ ਇਹਨਾਂ ਨੂੰ ਅੱਛੀ ਲੱਗਦੀ ਇਹ ਸਨ ਪਿੰਡ ਵਾਸੀਆਂ ਦੇ ਜਵਾਬ ਜੋ ਤੁਸੀਂ ਵੀ ਸੁਣ ਲਏ ਹੋਣੇ ਪਿੰਡ ਦੇ ਵਿੱਚ ਤਾਂ ਪੂਰੀ ਖੁਸ਼ੀ ਹੈ ਬਾਬਿਆਂ ਨੇ ਜਿਹੜਾ ਜ਼ਾਹਰ ਕੀਤਾ ਉਹ ਖੁਸ਼ੀ ਉਹ ਦੱਸਿਆ ਵੀ ਪਿੰਡ ਦੇ ਵਿੱਚ ਪਹਿਲਾਂ ਵਿਕਾਸ ਕੀਤੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਦਾ ਜਿਹੜਾ ਸ਼ੌਂਕ ਸੀ ਜਿਵੇਂ ਗਾਇਕੀ ਦਾ ਸ਼ੌਂਕ ਹੈ ਸਿੱਧੂ ਮੂਸੇਵਾਲੇ ਨੂੰ ਉਸੇ ਤਰ੍ਹਾਂ ਰਾਜਨੀਤੀ ਦਾ ਵੀ ਸ਼ੌਂਕ ਹੈ ਕੋਈ ਪੈਸਾ ਕਮਾਉਣਾ ਜਾਂ ਕਿਸੇ ਨਾਲ ਜਿਹੜੇ ਠੱਗੀ ਮਾਰਨ ਵਾਲੇ ਜਿਹੜੇ ਹੋਰ ਚੀਜ਼ਾਂ ਹੁੰਦੀਆਂ ਜਾਂ ਰਾਜਨੀਤੀ ਕਰਨੀ ਉਹ ਲੀਡਰ ਬਣ ਕੇ ਨਹੀਂ ਲੋਕਾਂ ਦੇ ਵਿੱਚ ਵਿਚਰੂਗਾ ਇੱਕ ਸਿੰਪਲ ਆਦਮੀ ਬਣ ਕੇ ਵਿਚਰੂਗਾ ਹੁਣ ਦੇਖਦੇ ਆ ਮਾਨਸਾ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਇਸ ਫੈਸਲੇ ਨੂੰ ਸਿੱਧੂ ਮੂਸੇਵਾਲੇ ਦੇ ਨੂੰ ਕਿਵੇਂ ਦੇਖਦੇ ਨੇ ਤੇ ਕਦੋਂ ਉਹ ਚੇਰਾ ਕਿਹੜੀ ਜਗ੍ਹਾ ਤੋਂ ਚੋਣ ਲੜਦਾ ਹੈ ਕਿਹੜੀ ਸੀਟ ਤੋਂ ਚੋਣ ਲੜਦਾ ਹੈ ਤੇ ਕਿਹੜੇ ਲੋਕਾਂ ਦੇ ਦਿਲ ਜਿੱਤਣ ਵਾਲਾ ਅੱਜ ਚੋਣਾਂ ਦੇ ਵਿੱਚ ਵੋਟਾਂ ਜਿੱਤਦਾ ਹੈ ਹੁਣ ਦੇਖਦੇ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਸਿੱਧੂ ਮੂਸੇਵਾਲੇ ਲਈ ਰਾਜਨੀਤੀ ਦਾ ਸਫ਼ਰ ਕਿੱਦਾਂ ਰਹਿੰਦਾ ਹੈ ਕੈਮਰਾਮੈਨ ਵਿਕਰਮ ਵਿੱਕੀ ਦੇ ਨਾਲ ਪਰਮਦੀ ਪ੍ਰਾਣਾ ਰਜਾਨਾ ਸਪੋਕਸਮੈਨ ਮਾਨ